ਤਕਰੀਬਨ ਸਵੇਰ ਤੋਂ ਜਿਹੜੇ ਹਾਲਾਤ ਸੀ ਸਹੀ ਸੀ, ਪਰ ਹੁਣ ਕਿਸਾਨਾਂ ਅਤੇ ਹਰਿਆਣਾ ਪੁਲਿਸ ਦੇ ਵਿੱਚ ਜਿਹੜਾ ਹੈਗਾ ਟਕਰਾਅ ਦੁਬਾਰਾ ਸ਼ੁਰੂ ਹੋ ਗਿਆ। ਲਗਾਤਾਰ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਜਿਹੜੇ ਹੈਗੇ ਨੇ ਟੀਅਰ ਗੈਸ ਦੇ ਜਿਹੜੇ ਗੋਲੇ ਨੇ ਸਿੱਟੇ ਜਾ ਰਹੇ ਨੇ। ਗੱਲ ਕੀਤੀ ਜਾਵੇ ਤਾਂ ਜਿਹੜੇ ਨੌਜਵਾਨ ਨੇ, ਨੌਜਵਾਨ ਕਿਤੇ ਨਾ ਕਿਤੇ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਆਪਣੇ ਟਰੈਕਟਰਾਂ 'ਤੇ, ਉਹਨਾਂ ਨੇ ਉਸ ਤਰੀਕੇ ਦਾ ਮਾਹੌਲ ਬਣਾ ਰੱਖਿਆ ਕਿ ਅਸੀਂ ਅੱਗੇ ਜਾਈਏ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਆ ਉਹ ਤੋੜੀਏ। ਪਰ ਉਹਨਾਂ ਨੂੰ ਲਗਾਤਾਰ ਨਾਕਾਮ ਕਰਨ ਦੇ ਲਈ ਲਗਾਤਾਰ ਜਿਹੜਾ ਹੈਗਾ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਗੋਲੇਬਾਰੀ ਆ ਕੀਤੀ ਜਾ ਰਹੀ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਹੈਗੇ ਨੇ ਕਿਤੇ ਨਾ ਕਿਤੇ ਹਮਲੇ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਨੇ, ਕਿਉਂਕਿ ਜਦੋਂ ਟੀਅਰ ਗੈਸ ਦਾ ਗੋਲਾ ਗਿਰਦਾ ਤਾਂ ਅੱਖਾਂ ਦੇ ਵਿੱਚ ਜਲਣ ਹੁੰਦੀ ਆ, ਸਾਹ ਲੈਣ 'ਚ ਮੁਸ਼ਕਲ ਪੈਦਾ ਹੁੰਦੀ ਆ। ਤਾਂ ਨੌਜਵਾਨ ਜਿਹੜੇ ਕਿਸਾਨ ਨੇ ਉਹਨਾਂ ਨੂੰ ਖਦੇੜਿਆ ਜਾ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ, ਜਿਹੜੇ ਟੀਅਰ ਗੈਸ ਦੇ ਗੋਲੇ ਨੇ ਹੁਣ ਦੂਰ ਦੂਰ ਤੱਕ ਗੇਰੇ ਜਾ ਰਹੇ ਨੇ। ਤੁਹਾਨੂੰ ਤਸਵੀਰਾਂ ਅਸੀਂ ਜੰਗ ਦੇ ਮੈਦਾਨ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਨੌਜਵਾਨ ਨੇ ਸਵੇਰ ਤੋਂ ਉਡੀਕ ਕਰ ਰਹੇ ਸੀ ਆਪਣੇ ਆਗੂਆਂ ਦੀ, ਪਰ ਹੁਣ ਕਿਤੇ ਨਾ ਕਿਤੇ ਜਾ ਕੇ ਜਦੋਂ ਬਰਦਾਸ਼ਤ ਨਹੀਂ ਹੋਇਆ ਤਾਂ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਆ ਪਹਿਲ ਕੀਤੀ ਗਈ ਆ, ਉਹਨਾਂ ਦੇ ਵੱਲੋਂ ਜਾ ਕੇ ਜਿਹੜਾ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਕੀਤੀ ਹੋਈ ਆ ਉਹਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਕਿਸਾਨ ਨੇ ਉਹ ਮੌਜੂਦ ਨੇ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੇ ਟਰੈਕਟਰਾਂ ਦੇ ਨਾਲ ਜਿਹੜੀ ਹੈਗੀ ਆ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ। ਪਹਿਲਾਂ ਜਿਹੜੀ ਹੈਗੀ ਆ ਗੋਲਾਬਾਰੀ ਹਰਿਆਣਾ ਪੁਲਿਸ ਦੇ ਵੱਲੋਂ 20 ਤੋਂ ਲੈ ਕੇ 50 ਮੀਟਰ ਕੀਤੀ ਜਾ ਰਹੀ ਸੀ, ਪਰ ਹੁਣ ਤਕਰੀਬਨ 100 ਤੋਂ 200 ਮੀਟਰ ਤੱਕ ਜਿਹੜੇ ਹੈਗੇ ਨੇ ਟੀਅਰ ਗੈਸ ਦੇ ਗੋਲੇ ਜਿਹੜੇ ਗੇਰੇ ਜਾ ਰਹੇ ਨੇ, ਜਿਸ ਤੋਂ ਬਾਅਦ ਲਗਾਤਾਰ ਜਿਹੜੇ ਨੌਜਵਾਨ ਹੈਗੇ ਨੇ ਉਹ ਭੱਜਦੇ ਨਜ਼ਰ ਆ ਰਹੇ ਨੇ, ਕਿਉਂਕਿ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਿ ਉੱਥੇ ਉਹਨਾਂ ਨੂੰ ਖੜਨ ਦੇ ਵਿੱਚ ਵੀ ਜਿਹੜੀ ਹੈਗੀ ਭਾਰੀ ਮੁਸ਼ਕਿਲ ਆ ਜਾਂਦੀ ਆ, ਜਿਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਖਰਾਬ ਲਗਾਤਾਰ ਹੋ ਰਹੇ ਨੇ। ਤੁਹਾਨੂੰ ਹਰ ਇੱਕ ਤਸਵੀਰ ਸਾਡੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਬਿਲਕੁਲ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ। ਹਾਲਾਤ ਬੇਕਾਬੂ ਹੋ ਗਏ ਤਾਂ ਖਨੌਰੀ ਬਾਰਡਰ ਦੇ ਉੱਪਰ ਜਿੱਥੇ ਕਈ ਦਿਨਾਂ ਤੋਂ ਸ਼ਾਂਤੀ ਪਸਰੀ ਹੋਈ ਸੀ, ਉੱਥੇ ਦੁਬਾਰਾ ਫਿਰ ਜਾ ਕੇ ਜਿਹੜੇ ਹੈਗੇ ਨੇ ਕਿਸਾਨ ਉਹਨਾਂ ਦੇ ਉੱਪਰ ਹਰਿਆਣਾ ਪੁਲਿਸ ਦੇ ਵੱਲੋਂ ਗੋਲੇਬਾਰੀ ਕੀਤੀ ਜਾ ਰਹੀ ਹੈ, ਟੀਅਰ ਗੈਸ ਦੇ ਜਿਹੜੇ ਗੋਲੇ ਨੇ ਸਿੱਟੇ ਜਾ ਰਹੇ ਨੇ। ਇੱਦਾਂ ਦੇ ਮਾਹੌਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਦਾਂ ਦੇ ਮਾਹੌਲ ਦੇ ਵਿੱਚ ਕਈ ਵਾਰ ਜਿਹੜੇ ਕਿਸਾਨ ਨੇ ਜਾਂ ਕੋਈ ਬਜ਼ੁਰਗ ਹੈਗੇ ਨੇ ਕਿਤੇ ਨਾ ਕਿਤੇ ਉਹ ਜ਼ਖਮੀ ਹੋ ਜਾਂਦੇ ਨੇ, ਐਂਬੂਲੈਂਸ ਜਾ ਰਹੀ ਆ, ਕਿਉਂਕਿ ਹਰ ਵਾਰ ਜਦੋਂ ਇੱਦਾਂ ਦਾ ਮਾਹੌਲ ਪੈਦਾ ਹੁੰਦਾ ਤਾਂ ਉੱਥੇ ਕਈ ਜਿਹੜੇ ਹੈਗੇ ਨੇ ਕਿਸਾਨ ਇੱਦਾਂ ਦੇ ਮਾਹੌਲ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿਤੇ ਨਾ ਕਿਤੇ ਮੈਡੀਕਲ ਸਹੂਲਤ ਦੇਣੀ ਪੈਂਦੀ ਆ। ਤਾਂ ਲਗਾਤਾਰ ਜਿਹੜੇ ਮਾਹੌਲ ਆ ਉਹ ਖਰਾਬ ਬਣਿਆ ਹੋਇਆ। ਖਨੌਰੀ ਬਾਰਡਰ ਦੇ ਉੱਪਰ ਸ਼ਾਂਤੀ ਤੋਂ ਬਾਅਦ ਹੁਣ ਫਿਰ ਜਾ ਕੇ ਜਿਹੜਾ ਹੈਗਾ ਕਿਸਾਨਾਂ ਅਤੇ ਹਰਿਆਣਾ ਪੁਲਿਸ ਦਾ ਜਿਹੜਾ ਟਕਰਾਅ ਹੋ ਰਿਹਾ, ਲਗਾਤਾਰ ਜਿਹੜੇ ਨੌਜਵਾਨ ਹੈਗੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਬੈਰੀਕੇਡਿੰਗ ਤੋੜਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ, ਪਰ ਹਰਿਆਣਾ ਪੁਲਿਸ ਕਿਤੇ ਨਾ ਕਿਤੇ ਹਰ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਰਹੀ ਆ। ਤਾਂ ਫਿਲਹਾਲ ਹਰ ਇੱਕ ਇੱਧਰ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਕੀ ਨਾਮ ਆ, ਕਿੱਥੋਂ ਆਏ? ਭਗਵੰਤ ਸਿੰਘ ਮਿੱਡਾ, ਭਾਰਤੀ ਕਿਸਾਨ ਖੋਸਾ ਪੰਜਾਬ ਦਾ ਮੀਤ ਪ੍ਰਧਾਨ ਆ। ਬੜੀ ਸ਼ਾਂਤੀ ਦੇ ਨਾਲ ਸਾਰੇ ਖੜੇ, ਲੋਕਾਂ ਨੂੰ ਅਪੀਲ ਕਰ ਰਹੇ ਵੀ ਰੁਕੋ ਰੁਕੋ ਰੁਕੋ। ਉਧਰੋਂ ਇੱਕਦਮ ਹੀ ਪਾਣੀ ਦੀਆਂ ਇਸ਼ਾਰਾ ਛੱਡੀਆਂ ਦੇ ਨਾਲ ਦੀ ਨਾਲ ਗੋਲਾਬਾਰੀ ਸ਼ੁਰੂ ਕਰਤੀ। ਇੰਨੇ ਗੋਲੇ ਵਸਾਏ, ਕੁਝ ਦੱਸਿਆ ਨੀ ਕਿਸੇ ਨੂੰ। ਮਾਹੌਲ ਕਿਵੇਂ ਦੇਖਦੇ ਹੋ? ਜਿਹੜੇ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਕਿਤੇ ਨਾ ਕਿਤੇ ਗੱਲਬਾਤ ਨਾਲ ਹੋ ਸਕਦਾ, ਨੌਜਵਾਨ ਅੱਗੇ ਵਧ ਰਹੇ ਨੇ, ਤੁਹਾਨੂੰ ਕਿਵੇਂ ਲੱਗਦਾ ਵੀ ਹੱਲ ਕਿਵੇਂ ਹੋ ਸਕਦਾ? ਦੇ ਨਾਲ ਧੋਖਾ ਕੀਤਾ ਜਾ ਰਿਹਾ ਕਿਸਾਨਾਂ ਨੂੰ, ਕਹਿ ਰਹੇ ਵੀ ਗੱਲਬਾਤ ਚੱਲ ਰਹੀ, ਰੁਕੋ ਰੁਕੋ ਰੁਕੋ। ਅਸੀਂ ਵੀ ਸਵੇਰ ਦੀ ਇਹੀ ਅਪੀਲ ਕਰ ਰਹੇ ਹਾਂ ਵੀ ਗੱਲਬਾਤ ਚੱਲ ਰਹੀ, ਰੁਕੋ ਰੁਕੋ ਰੁਕੋ। ਉਧਰ ਹੀ ਨਾਲ ਦੀ ਨਾਲ ਗੋਲੇ ਛੱਡੇ ਜਾ ਰਹੇ ਨੇ। ਬਾਈ ਜੀ ਦੇਖੋ, ਮੈਂ ਛਾਵਾਂ ਸ਼ਾਂਤਮਈ ਲੋਕਾਂ ਨੂੰ ਪਿੱਛੇ ਹਟਾ ਰਿਹਾ ਸੀ, ਠੀਕ ਹੈ, ਜਮਾਂ ਸ਼ਾਂਤਮਈ ਹਟਾ ਰਿਹਾ ਸੀ। ਇਹ ਤੁਸੀਂ ਦੇਖੋ
ਮਾਹੌਲ ਦਾ ਹੱਲ ਕਿਵੇਂ ਬਣੂਗਾ ਮੈਂ ਤੁਹਾਨੂੰ ਦੱਸਾਂ। ਲਗਾਤਾਰ ਤਕਰੀਬਨ 13 ਤਰੀਕ ਦੇ ਜਿਹੜੇ ਕਿਸਾਨ ਬੈਠੇ ਨੇ, ਪਰ ਜਿਹੜੀ ਬੈਰਿੰਗ ਗੇਡਿੰਗ ਕੀਤੀ ਹੋਈ ਹੈ ਉਹਦਾ ਹੱਲ ਕਿਵੇਂ ਨਿਕਲ ਸਕਦਾ? ਨੌਜਵਾਨ ਜਾਂਦੇ ਨੇ ਅੱਗੋਂ ਗੋਲੇ ਦਾਗਦੇ ਨੇ ਤਾਂ ਲਗਾਤਾਰ ਨੁਕਸਾਨ ਹੋ ਜਾਂਦਾ, ਉਹ ਚੀਜ਼ ਨੂੰ ਕਿਵੇਂ ਦੇ? ਉਹਨਾਂ ਕੋਲੇ ਹਥਿਆਰ ਹੈ, ਸਾਡੇ ਕੋਲੇ ਵਿਚਾਰ ਹੈ। ਸਾਡੀ ਹਥਿਆਰਾਂ ਦੇ ਵਿਚਾਰਾਂ ਦੀ ਲੜਾਈ ਆ। ਆਹ ਖਾਲੀ ਹੱਥ ਗਏ ਸੀ, ਜਵਾਕਾਂ ਨੂੰ ਪਿਛਾਂ ਹਟਾ ਰਹੇ ਸੀ, ਪਰ ਸ਼ਾਂਤਮਈ ਸਾਡੇ ਤੇ ਇੰਨੇ ਗੋਲੇ ਛੱਡੇ ਆ ਵੀ ਸਾਨੂੰ ਦਿਸਿਆ ਕੁਛ ਨਹੀਂ। ਮੇਰੀ ਪੱਗ ਵੀ ਮਤਲਬ ਚੱਕੀ ਆ। ਆਹ ਤੁਸੀਂ ਹਾਲ ਦੇਖੋ, ਉੱਥੇ ਮਤਲਬ ਬਹੁਤ ਧੱਕਾ ਕਰ ਰਹੀ ਸਰਕਾਰ ਯਾਰ। ਗੱਲਬਾਤ ਦੇ ਨਾਲ ਨਹੀਂ ਨਿਬੜ ਰਿਹਾ ਜਿਹੜੇ ਨੌਜਵਾਨ ਮੁੰਡੇ ਹੈਗੇ ਨੇ। ਅਸੀਂ ਪਹਿਲਾਂ ਵੀ ਦੇਖਿਆ ਜਿਹੜੇ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਕਿ ਆਪਾਂ ਗੱਲਬਾਤ ਦੁਆਰਾ ਕੋਸ਼ਿਸ਼ ਕਰਦੇ ਹਾਂ, ਪਰ ਨੌਜਵਾਨ ਕਿਤੇ ਨਾ ਕਿਤੇ ਅੱਗੇ ਜਾਂਦੇ ਨੇ। ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਮਾਹੌਲ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਰਿਹਾ। ਸੁਣੋ ਇੱਕ ਮਿੰਟ, ਬਿਲਕੁਲ ਜਵਾਬ ਗਏ ਅੱਗੇ ਜ਼ਰੂਰ ਹੈ, ਪਰ ਕਿਸੇ ਨੇ ਕੋਈ ਹਿਲਜੁਲ ਨਹੀਂ ਕੀਤੀ ਸੀ। ਕਾਰਵਾਈ ਹੋ ਰਹੀ ਹੈ ਹਰਿਆਣਾ ਪੁਲਿਸ ਦੀ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਲਗਾਤਾਰ ਕਈ ਲੋਕ ਵਿਰੋਧ ਵੀ ਕਰ ਰਹੇ ਨੇ। ਬਿਲਕੁਲ ਗੈਰ ਸੰਵਿਧਾਨਕ ਹੈ। ਜੇ ਕੋਈ ਹਰਿਆਣਾ ਪੁਲਿਸ ਦੇ ਅਟੈਕ ਕਰਦਾ ਫੇਰ ਹੀ ਉਹਨਾਂ ਦਾ ਫਰਜ਼ ਬਣਦਾ ਸੀ। ਬਿਲਕੁਲ ਜਵਾਬ ਗਏ ਸੀ, ਅਸੀਂ ਪਿੱਛੇ ਮੋੜ ਰਹੇ ਸੀ, ਮੈਂ ਖੁਦ ਉਹਨਾਂ ਨੂੰ ਪਿੱਛੇ ਮੋੜ ਰਿਹਾ ਸੀ, ਤੇ ਬਾਈ ਬੰਬਾਂ ਦੇ ਵਿੱਚ ਪਤਾ ਨਹੀਂ ਕੀ ਹੈ, ਛੜ ਲਿਆ ਕੀ ਆ। ਬਹੁਤ ਧੱਕਾ ਕਰ ਰਹੀ ਹੈ ਸਰਕਾਰ। ਕਈ ਨੌਜਵਾਨ ਕਿਸਾਨ ਇਹ ਜਿਹੜਾ ਅਟੈਕ ਤੋਂ ਉਹ ਤੋਂ ਬਚਣ ਦੇ ਲਈ ਅਲੱਗ ਤਰੀਕੇ ਅਪਣਾ ਰਹੇ ਨੇ, ਬਾਈ ਜੀ ਕਿਵੇਂ ਦੇਖਦੇ ਹੋ? ਪੇਸਟ ਲਗਾ ਰੱਖਿਆ, ਐਨਕਾਂ ਲਗਾ ਰੱਖੇ ਨੇ, ਬੱਚਤ ਹੁੰਦੀ ਹੈ ਕੁਛ ਇਹਦੇ ਨਾਲ? ਬੱਚਤ ਹੈਗੀ ਹੈ ਇਹਦੇ ਨਾਲ, ਬੱਚਦਾ ਮੁਜਦਾ ਨਹੀਂ ਹੈਗਾ। ਵੈਸੇ ਉਹਨਾਂ ਧੱਕੀ ਹੈ ਬਹੁਤ ਜ਼ਿਆਦਾ। ਤੁਸੀਂ ਅੱਗੇ ਜਾ ਕੇ ਮਾਹੌਲ ਖਰਾਬ ਹੋਇਆ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਣਕ ਚ ਗਿਰੇ ਲੱਗਦੇ ਹੋ ਮੈਨੂੰ ਤੁਸੀਂ? ਹਾਂਜੀ ਹਾਂਜੀ, ਜਦੋਂ ਉਹਨਾਂ ਨੇ ਉਹ ਛੱਡਤੇ ਅਥਰੂ ਗਏ ਜੀ, ਉਦੋਂ ਅਸੀਂ ਫਿਰ ਇੱਧਰ ਕਣਕ ਵੀ ਦੇ ਫਿਰ ਕਣਕ ਚ ਗਿਰੇ। ਹਾਂਜੀ, ਕਣਕਾਂ ਚ ਪਾਣੀ ਲਾਇਆ ਪਿਆ, ਪਾਣੀ ਫੁੱਲ ਭਰਿਆ ਪਿਆ ਜੀ, ਕਣਕਾਂ ਆਸੇ ਪਾਸੇ ਸਾਰਾ ਭਰਿਆ ਪਿਆ।